ਸੁਣਿਓ ਬੋਲੋ ਕੱਲੋ ਨਾ ਦੁਕਾਨ ਤੋਂ ਆਉਂਦੇ ਹੋਏ ਤੁਸੀਂ 10 ਪਲੇਟਾਂ ਛੋਲੇ ਭਟੂਰੇ ਦੀਆਂ 6 ਲੀਟਰ ਲੱਸੀ ਤੇ 2 ਕਿਲੋ ਰਬੜੀ ਲੈਂਦੇ ਆਇਓ ਕਿਉਂ ਕੱਲੋ ਮੰਮੀ ਪਾਪਾ ਖਾਣੇ ਤੇ ਆ ਰਹੇ ਹੈ ਉਹ ਇੰਨਾ ਸਭ ਕੁਝ ਖਾ ਜਾਣਗੇ ਨਹੀਂ ਨਹੀਂ ਉਹਨਾਂ ਲਈ ਤਾਂ ਮੈਂ ਮਟਨ ਬਿਰਿਆਨੀ ਬਣਾ ਰਹੀ ਹਾਂ ਇਹ ਸਾਰਾ ਕੁਛ ਤਾਂ ਮੈਂ ਤੁਹਾਡੇ ਲਈ ਮੰਗਵਾ ਰਹੀ ਹਾਂ ਤਾਂ ਕਿ ਤੁਸੀਂ ਉਹਨਾਂ ਦੀ ਮਟਨ ਬਿਰਿਆਨੀ 'ਚ ਨਾ ਠੁੰਗਾ ਨਾ ਮਾਰੋ ਵਾਹ ਮੰਮੀ ਡੈਡੀ ਲਈ ਮਟਨ ਬਿਰਿਆਨੀ ਮੇਰੇ ਲਈ ਰੋਜ਼ ਮੂੰਗੀ ਮਸਰੀ ਦੀ ਦਾਲ ਬਣਾ ਦਿੰਨੀ ਹੈ ਮੂੰਗੀ ਮਸਰੀ ਦੀ ਦਾਲ ਤਾਂ ਮੈਂ ਤੁਹਾਡੇ ਲਈ ਜਾਣ ਕੇ ਬਣਾਨੀ ਹੈ ਤਾਂ ਕਿ ਆ ਬੋਰਿੰਗ ਖਾਣਾ ਦੇਖ ਕੇ ਸ਼ਾਇਦ ਤੁਹਾਡੀ ਖੁਰਾਕ 'ਚ ਕੁਛ ਫਰਕ ਪੈ ਜੇ ਪਰ ਨਾ ਖੁਰਾਕ ਕੰਟਰੋਲ ਨਹੀਂ ਹੋਈ ਮੇਰੀ ਕੁਕਿੰਗ ਜ਼ਰੂਰ ਵਿਗੜ ਗਈ ਵਿਗੜਦੀ ਉਹ ਚੀਜ਼ ਹੁੰਦੀ ਹੈ ਜਿਹੜੀ ਕਦੇ ਠੀਕ ਹੋਵੇ ਆ ਤੇਰੀ ਕੁਕਿੰਗ ਦਾ ਹੀ ਕਮਾਲ ਆ ਕਿ ਆਪਣੇ ਘਰ ਮਹਿਮਾਨ ਰਾਤ ਦੇ 2 ਵਜੇ ਤੱਕ ਭੁੱਖੇ ਬੈਠੇ ਰਹਿਣਗੇ ਪਰ ਖਾਣਾ ਨਹੀਂ ਖਾਣਗੇ ਅਖੇ ਜੀ ਖਾਣਾ ਤਾਂ ਅਸੀਂ ਘਰੇ ਜਾ ਕੇ ਖਾਵਾਂਗੇ ਵੈਸੇ ਆ ਕਿਸ ਖੁਸ਼ੀ 'ਚ ਰਹੇ ਨੇ ਮੰਮੀ ਡੈਡੀ ਮੈਨੂੰ ਮਿਲਣ ਆ ਰਹੇ ਹੈ ਕੋਈ ਪ੍ਰੋਬਲਮ ਪਿਛਲੀ ਵਾਰ ਤਾਂ ਬੜਾ ਕਹਿ ਕੇ ਗਏ ਸੀ ਕਿ ਕਾਕਾ ਜੀ ਅੱਜ ਤੋਂ ਬਾਅਦ ਇਸ ਕੱਚ ਕਦੇ ਪੈਰ ਨਹੀਂ ਧਰਾਂਗੇ ਕਿ ਤੁਹਾਡੇ ਤੋਂ ਵਧੀਆ ਜਵਾਈ ਇਸ ਦੁਨੀਆ 'ਚ ਕੋਈ ਨਹੀਂ ਹੈਗਾ ਉਹ ਨਹੀਂ ਵਧੀਆ ਜਵਾਈ ਵਾਲੀ ਗੱਲ ਤਾਂ ਮੈਂ ਸ਼ਾਇਦ ਸੁਪਨੇ 'ਚ ਦੇਖੀ ਸੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਤੁਹਾਡੀ ਪੇਟ ਦੀ ਚਰਬੀ ਨਾ ਹੁਣ ਹੌਲੀ ਹੌਲੀ ਦਿਮਾਗ ਨੂੰ ਚੜ ਗਈ ਕਿਤੋਂ ਇਲਾਜ ਕਰਾ ਲਓ ਹਾਂਜੀ ਮੰਮੀ ਮੈਂ ਠੀਕ ਹਾਂ ਜੀ ਹਾਂ ਅਸੀਂ ਸਾਰੇ ਠੀਕ ਹਾਂ ਜੀ ਅੱਛਾ ਲੈ ਇਹ ਵੀ ਕੋਈ ਪੁੱਛਣ ਵਾਲੀ ਗੱਲ ਆ ਤੁਹਾਡਾ ਆਪਣਾ ਘਰ ਆ ਹਾਂਜੀ ਮਿਲਦੇ ਆ ਕੀ ਕਹਿੰਦੇ ਕੱਲ ਆਪਣੇ ਨਾ ਪਿੰਡ ਸ਼ਾਮੀ ਬਿਜਲੀ ਦਾ ਕੱਟ ਲੱਗਣਾ ਇਸ ਕਰਕੇ ਰਾਤ ਦਾ ਖਾਣਾ ਮੰਮੀ ਡੈਡੀ ਆਪਣੇ ਨਾਲ ਖਾਣਗੇ ਉਹ ਆਪਾਂ ਰੈਸਟੋਰੈਂਟ 'ਚੋਂ ਮੰਗਾ ਲਾਂਗੇ ਤੈਨੂੰ ਥੋੜੀ ਕਹਿ ਰਿਹਾ ਬਣਾਉਣ ਨੂੰ ਵੈਸੇ ਵੀ ਤੇਰਾ ਬਣਾਇਆ ਕਿਹੜਾ ਚੰਗਾ ਲੱਗਦਾ ਉਹਨਾਂ ਨੂੰ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲਓ ਕੱਲ ਤਾਂ ਮੇਰੇ ਮੰਮੀ ਪਾਪਾ ਆ ਰਹੇ ਨੇ ਕਹਿ ਦੋ ਆਪਣੇ ਕੰਜੂਸ ਮਾਂ ਪਿਓ ਨੂੰ ਜਿਹੜਾ ਅੱਧੀ ਰੋਟੀ ਘੱਟ ਖਾ ਕੇ ਪੈਸੇ ਬਚਾਏ ਨੇ ਨਾ ਉਹਦਾ ਇਨਵਰਟਰ ਲੈ ਲੈਣ ਮੇਰੇ ਹਾਲ ਦੇਖ ਕੇ ਤੈਨੂੰ ਲੱਗਦਾ ਕਿ ਮੇਰੇ ਖਾਨਦਾਨ 'ਚੋਂ ਕੋਈ ਅੱਧੀ ਰੋਟੀ ਘੱਟ ਖਾਂਦਾ ਹੋਊਗਾ ਤੇ ਰਹੀ ਗੱਲ ਇਨਵਰਟਰ ਦੀ ਆਪਣੀ ਪਿਛਲੀ ਵੈਡਿੰਗ ਐਨਵਰਸਰੀ ਤੇ ਮੈਂ ਤੈਨੂੰ ਕਿਹਾ ਸੀ ਕਿ ਉਹਨਾਂ ਨੂੰ ਇਨਵਰਟਰ ਲੈ ਦਿੰਨੇ ਆ ਪਰ ਤੂੰ ਮਨਾ ਕਰਤਾ ਆਪਣੀ ਵੈਡਿੰਗ ਐਨਵਰਸਰੀ ਤੇ ਬੱਚੇ ਗਿਫਟ ਲੈਂਦੇ ਐ ਦਿੰਦੇ ਨਹੀਂ ਤੇਰੇ ਮਾਂ-ਬਾਪ ਨੇ ਕੀ ਦਿੱਤਾ ਸੀ 11,000 ਦਾ ਲਫਾਫਾ ਨਹੀਂ ਦੇ ਕੇ ਗਏ ਸੀ ਜਿਹੜਾ ਅੱਜ ਤੱਕ ਕਿਸੇ ਨੇ ਦੇਖਿਆ ਨਹੀਂ ਇਹ ਚੰਗਾ ਤਰੀਕਾ ਹੈ ਕਿਸੇ ਦੇ ਘਰ ਜਾਓ ਖਾਓ ਪੀਓ ਤੇ ਵਾਪਸ ਆਪਣੇ ਘਰ ਜਾ ਕੇ ਫੋਨ ਕਰ ਦੋ ਅਖੇ ਜੀ ਸ਼ਗਨ ਵਾਲਾ ਲਫਾਫਾ ਤੁਹਾਡੇ ਟੇਬਲ ਤੇ ਰੱਖਿਆ ਸੀ ਮੈਂ ਤਾਂ ਅੱਜ ਤੱਕ ਲੱਭ ਰਿਹਾ ਮੈਨੂੰ ਤਾਂ ਮਿਲਿਆ ਨਹੀਂ ਤੁਹਾਨੂੰ ਸਵਾਹ ਮਿਲਣਾ ਸੀ ਉਹ ਤਾਂ ਤੁਹਾਡੀ ਮਾਂ ਨੂੰ ਪਹਿਲਾਂ ਹੀ ਮਿਲ ਗਿਆ ਸੀ ਅਗਲੀ ਕਰ ਗਈ ਚਟਮ ਤੇ ਨਾਲੇ ਜਿਹੜਾ ਮਾਂ ਪੁੱਤ ਨੇ ਦਾਜ ਦਾ ਸੁਪਨਾ ਦੇਖਿਆ ਸੀ ਨਾ ਹੁਣ ਉਹ ਛੋਟੀਆਂ ਛੋਟੀਆਂ ਕਿਸ਼ਤਾਂ 'ਚ ਪੂਰਾ ਕਰੋਗੇ ਜੇ ਗੱਲ ਕਿਸ਼ਤਾਂ ਦੀ ਹੈ ਨਾ ਤਾਂ ਮੇਰੀ ਗੱਲ ਕੰਨ ਖੋਲ ਕੇ ਸੁਣ ਲਾ ਇਸ ਘਰ ਦੀ ਕਿਸ਼ਤ ਮੈਂ ਭਰ ਰਿਹਾ ਮੇਰੇ ਮੰਮੀ ਡੈਡੀ ਆਉਣਗੇ ਡਾਊਨ ਪੇਮੈਂਟ ਮੇਰੇ ਮੰਮੀ ਪਾਪਾ ਨੇ ਕੀਤੀ ਸੀ ਇਸ ਕਰਕੇ ਮੇਰੇ ਮੰਮੀ ਪਾਪਾ ਆਣਗੇ ਮੇਰੇ ਮੰਮੀ ਡੈਡੀ ਆਉਣਗੇ ਮੇਰੇ ਮੰਮੀ ਪਾਪਾ ਮੇਰੇ ਮੰਮੀ ਡੈਡੀ ਆਉਣਗੇ ਮੇਰੇ ਮੰਮੀ ਪਾਪਾ ਮੇਰੇ ਮੰਮੀ ਡੈਡੀ ਆਉਣਗੇ ਮੇਰੇ ਮੰਮੀ ਪਾਪਾ ਆਣਗੇ ਜਾਨਦੀ ਮੇਰੇ ਮੇਰੀ ਪੜ੍ਹਾਈ ਡਿਸਟਰਬ ਹੋ ਰਹੀ ਹੈ ਬਸ ਕਰੋ ਕਿਹੜੀ ਪੜ੍ਹਾਈ ਓਏ ਤੈਨੂੰ ਪਾਸ ਕਰਾਉਣ ਲਈ ਤੇਰੇ ਹਰ ਟੀਚਰ ਨੂੰ ਆਪਣੀ ਦੁਕਾਨ ਤੋਂ 10-10 ਕਿਲੋ ਰਬੜੀ ਭੇਜਣੀ ਪੈਂਦੀ ਹੈ ਜਿਹੜੇ ਟੀਚਰ ਨੂੰ ਸ਼ੂਗਰ ਹੋਵੇ ਉਸ ਸਬਜੈਕਟ 'ਚ ਤੂੰ ਫੇਲ ਹੋ ਜਾਣਾ ਜੇ ਤੁਸੀਂ ਚੁੱਪ ਨਾ ਹੋਏ ਨਾ ਮੈਂ ਘਰ ਛੱਡ ਕੇ ਚੱਲਿਆ ਜੂ ਅੱਛਾ ਘਰ ਛੱਡ ਕੇ ਜਾਏਗਾ ਕਿੱਥੇ ਫਿਲਮਾਂ 'ਚ ਨਹੀਂ ਦੇਖਿਆ ਬੰਦਾ ਗੁੱਸੇ 'ਚ ਘਰ ਛੱਡ ਕੇ ਜਾਂਦਾ ਐਡਰੈਸ ਨਹੀਂ ਛੱਡ ਕੇ ਜਾਂਦਾ ਕਿ ਕਿੱਥੇ ਜਾ ਰਿਹਾ ਵਾਹ ਕੰਗ ਸਾਹਿਬ ਵਾਹ ਬੱਚਾ ਘਰ ਛੱਡ ਕੇ ਜਾਣ ਦੀਆਂ ਗੱਲਾਂ ਕਰ ਰਿਹਾ ਰੋਕਣਾ ਤਾਂ ਕੀ ਹੈ ਉਹਨੂੰ ਪੁੱਛ ਰਿਹਾ ਕਿੱਥੇ ਜਾਏਗਾ ਮੈਂ ਘੱਟੋ ਘੱਟ ਪੁੱਛਿਆ ਤਾਂ ਸਹੀ ਤੂੰ ਕੀ ਕੀਤਾ ਚੁੱਪ ਚਾਪ ਖੜੀ ਆ ਬੱਚੇ ਨੂੰ ਆਪਣੀਆਂ ਚੀਕਾਂ ਤੋਂ ਪ੍ਰੋਬਲਮ ਹੈ ਇਸ ਕਰਕੇ ਮੈਂ ਚੁੱਪ ਹੋ ਗਈ ਤੁਹਾਡੇ ਤੋਂ ਤਾਂ ਉਹ ਵੀ ਨਹੀਂ ਹੋਇਆ ਗਿਆ ਓਏ ਤੂੰ ਚੁੱਪ ਕਰਕੇ ਕੀ ਦਿਖਾ ਰਹੀ ਹੈ ਮੈਂ ਮਸਲਾ ਹੀ ਹੱਲ ਕਰ ਦਿੰਦਾ ਤੂੰ ਛੱਡ ਮੇਰੇ ਮਾਂ ਬਾਪ ਨੂੰ ਇਸ ਵਾਰ ਤੇਰੇ ਮੰਮੀ ਪਾਪਾ ਆਉਣਗੇ ਪੁੱਤ ਇਹਨੂੰ ਕਹਿੰਦੇ ਆ ਕੁਰਬਾਨੀ ਕੋਈ ਲੋੜ ਨਹੀਂ ਹੈ ਕੁਰਬਾਨੀ ਦੇਣ ਦੀ ਤੁਸੀਂ ਇਸ ਵਾਰ ਆਪਣੇ ਮੰਮੀ ਡੈਡੀ ਬੁਲਾ ਲਓ ਮੈਂ ਆਪਣੇ ਮੰਮੀ ਪਾਪਾ ਅਗਲੀ ਵਾਰ ਬੁਲਾ ਲੂੰਗੀ ਠੀਕ ਹੈ ਪੁੱਤ ਜਦ ਤੇਰੇ ਮਾਪਿਆਂ ਦਾ ਮਨ ਹੈਗਾ ਮਟਨ ਬਿਰਿਆਨੀ ਖਾਣ ਦਾ ਇਸ ਵਾਰ ਉਹੀ ਆਉਣਗੇ ਨਹੀਂ ਇਸ ਵਾਰ ਤਾਂ ਤੁਹਾਡੇ ਮੰਮੀ ਡੈਡੀ ਆਣਗੇ ਮੈਂ ਉਹਨਾਂ ਨੂੰ ਵਿਚਾਰਿਆਂ ਨੂੰ ਨਹਿਰੇ 'ਚ ਕਿਵੇਂ ਛੱਡਦਾ ਉਹ ਮੈਂ ਉਹਨਾਂ ਨੂੰ ਕਹਿ ਦੂੰ ਕੈਂਡਲ ਕੁੰਡਲ ਜਲਾ ਲੈਣਗੇ ਵੈਸੇ ਵੀ ਇਸ ਉਮਰ 'ਚ ਉਹਨਾਂ ਨੂੰ ਲਾਈਟ 'ਚ ਵੀ ਕਿਹੜਾ ਕਲੀਅਰ ਦਿਖਦਾ ਤੇਰੇ ਮੰਮੀ ਪਾਪਾ ਆਉਣਗੇ ਨਹੀਂ ਤੁਹਾਡੇ ਮੰਮੀ ਡੈਡੀ ਆਣਗੇ ਤੇਰੇ ਮੰਮੀ ਪਾਪਾ ਆਉਣਗੇ ਤੁਹਾਡੇ ਮੰਮੀ ਡੈਡੀ ਹੀ ਆਣਗੇ ਤੇਰੇ ਮੰਮੀ ਪਾਪਾ ਆਉਣਗੇ ਤੁਹਾਡੇ ਮੰਮੀ ਡੈਡੀ ਆਣਗੇ